ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਗੱਲ ਕਰਨੀ ਪਹਿਲਾਂ ਦੱਸੀ ਹੋਈ ਆਪਾਂ ਸਪਰੇਅ ਕਰਨ ਦਾ ਹੁਣ ਸਹੀ ਸਮਾਂ ਜਿੱਥੇ ਕਣਕਾਂ ਨੂੰ ਪਾਣੀ ਲੱਗ ਗਿਆ ਉੱਥੇ ਆਪਾਂ ਇਹ ਸਪਰੇਅ ਕਰਨੀ ਹੈ। ਖਰਚਾ ਘੱਟ ਆ ਪਰ ਫਾਇਦਾ ਬਹੁਤ ਹੋ ਸਕਦਾ। ਫਾਇਦਾ ਤਾਂ ਹੋ ਸਕਦਾ ਕਿ ਕਣਕ ਦੀ ਫਸਲ ਦੇ ਵਿੱਚ ਮੁੱਖ ਤੌਰ ਤੇ ਮੈਗਨੀਜ਼ਿੰਕ ਦੀ ਘਾਟ ਆਉਂਦੀ ਹੈ ਤੇ ਜੇ ਆਪਾਂ ਸਹੀ ਸਮੇਂ ਤੇ ਇਹਨਾਂ ਦੀਆਂ ਸਪਰੇਆਂ ਨਹੀਂ ਕਰਦੇ ਤਾਂ 4 ਤੋਂ 5 ਮਾਣ ਤੱਕ ਆਪਣਾ ਝਾੜ ਦਾ ਫਰਕ ਪੈ ਸਕਦਾ ਖਾਸ ਤੌਰ ਤੇ ਜ਼ਿੰਕ ਦੀ ਘਾਟ ਨਾਲ ਮੈਗਨੀਜ਼ ਦੀਆਂ ਸਪਰੇਆਂ ਦੀ ਵੀ ਬੜੀ ਜ਼ਰੂਰਤ ਹੁੰਦੀ ਜ਼ਿੰਕ ਦੀ ਵੀ ਬੜੀ ਜ਼ਰੂਰਤ ਹੁੰਦੀ ਹੈ ਇੱਕ ਇਹ ਸਪਰੇ ਤੇ ਇੱਕ ਆਪਾਂ ਜਿਹੜੀ ਐਨਪੀਕੇ 13 0 45 ਤੇ ਨਾਲ ਉਲੀ ਨਾਸ਼ਕ ਜਿਹੜਾ ਆਪਾਂ ਗੋਬ ਸਮੇ ਦੋ ਕੁ ਸਪਰੇ ਆਪਾਂ ਦੱਸਦੇ ਹਾਂ ਕਈ ਸਾਡੇ ਮਿੱਤਰ ਪਿਆਰੇ ਕੋਈ 100 100 ਕਿਸਾਨ ਮਗਰ ਤਕਰੀਬਨ ਇੱਕ ਦੋ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਜਾਂ ਤਾਂ ਵਿਚਾਰਿਆਂ ਨੂੰ ਸਮਝ ਨਹੀਂ ਹੁੰਦੀ ਕਿਓ ਵੀਡੀਓ ਦੇਖ ਕੇ ਕਹਿੰਦੇ ਜੀ ਇੰਨੀਆਂ ਸਪਰੇਆਂ ਦੱਸਤੀਆਂ ਉਹ ਗੱਲ ਆਪਾਂ ਇੱਕ ਸਪਰੇਅ ਦੀ ਹਰ ਇੱਕ ਵੀਡੀਓ 'ਚ ਦੱਸੀ ਦੀ ਆ ਕਿਸੇ ਦੇ ਵਿੱਚ ਜਿਹੜਾ ਕੋਈ ਸਵਾਲ ਹੁੰਦਾ ਕਿਸਾਨ ਵੀਰਾਂ ਦਾ ਉਹ ਜਵਾਬ ਦੇ ਦਿੰਦੇ ਆ ਸਪਰੇਅ ਇੱਕ ਹੀ ਆ ਇਹ ਫਟਾਰੇ ਵਾਲੀ ਝੋਨੇ 'ਚ ਫਾਰਮੂਲਾ ਹੋਰ ਆ ਕਣਕ 'ਚ ਹੋਰ ਆ ਇੱਕੋ ਹੀ ਫਾਰਮੂਲਾ ਆਪਣਾ ਫਾਰਮੂਲਾ ਤਜਰਬੇ ਦੇ ਆਧਾਰ 'ਤੇ ਆ ਪੀਏਯੂ ਲੁਧਿਆਣਾ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਆ ਜੋ ਘਾਟ ਆਉਂਦੀ ਆ ਉਹਦੇ ਆਧਾਰ 'ਤੇ ਆ ਆਪਾਂ ਕੋਈ ਵਾਧੂ ਮਸਾਲਾ ਕੋਈ ਵਾਧੂ ਚੂਰਨ ਕੁਛ ਨਹੀਂ ਤੁਹਾਨੂੰ ਨਾ ਸਪਰੇਅ ਕਰਾਉਣੀ ਨਾ ਥੱਲੇ ਪਾਉਣਾ ਤੇ ਇਹਨਾਂ ਦੀਆਂ ਹੀ ਘਾਟ ਆਉਂਦੀਆਂ ਅ 1 ਕਿਲੋ ਮੈਗਨੀਸ ਸਲਫੇਟ 30.5% ਵਾਲੀ 1 ਕਿਲੋ ਜ਼ਿੰਕ ਸਲਫੇਟ 21% ਵਾਲੀ ਜਾਂ 33% ਵਾਲੀ 700 ਗ੍ਰਾਮ 21% ਵਾਲੀ ਤਾਂ 1 ਕਿਲੋ 33% ਵਾਲੀ ਤਾਂ 700 ਗ੍ਰਾਮ ਕਈ ਕਿਸਾਨ ਵੀਰ ਪੁੱਛਦੇ ਹੁੰਦੇ ਆ ਕਿ ਮੈਗਨੀਜ਼ ਦੀ ਥਾਂ ਤੇ ਮੈਗਨੀਸ਼ੀਅਮ ਪੁੱਛਣ ਲੱਗ ਪੈਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਭਲੇ ਮਾਨਸੋ ਜਦੋਂ ਘਾਟ ਮੈਗਨੀਜ਼ ਦੀ ਆ ਤੇ ਮੈਗਨੀਸ਼ੀਅਮ ਨੂੰ ਕਿਵੇਂ ਬੁਰੀ ਕਰ ਦਊਗੀ ਮੈਗਨੀਸ਼ੀਅਮ ਕਰਨੀ ਤੁਸੀਂ ਜੀ ਸਕਦ ਕੇ ਕਰ ਲਓ ਪਰ ਮੈਗਨੀਜ਼ ਦੀ ਜਗਾਟ ਹੈਗੀ ਤਾਂ ਉਹ ਮੈਗਨੀਸ਼ੀਅਮ ਨਹੀਂ ਪੂਰੀ ਨਹੀਂ ਕਰਨੀ ਮੈਗਨੀਸ਼ੀਅਮ ਆਪਦਾ ਕੰਮ ਕਰੂਗਾ ਮੈਗਨੀਜ਼ ਵਾਲਾ ਕੰਮ ਨਹੀਂ ਉਹਨੇ ਕਰਨਾ ਕਈ ਕਿਸਾਨ ਵੀਰ ਜਿਹੜੇ ਜ਼ਿੰਕ 21 ਜਾਂ 33% ਦੇ ਲਿਕੁਇਡ ਬਾਰੇ ਪੁੱਛਦੇ ਜਾਂ ਚਿਲੈਕਟਰ ਬਾਰੇ ਉਹ ਤੁਸੀਂ ਵਰਤਨਾ ਤੁਹਾਡੀ ਖੁਸ਼ੀ ਹੈ ਜਿਹੜੀ ਆਪਾਂ ਸਿਫਾਰਿਸ਼ ਹੈ 21% ਜਾਂ 33% ਜਦੋਂ ਇਹ ਆਉਣੋਂ ਬੰਦ ਹੋ ਗਏ ਫਿਰ ਆਪਾਂ ਤੁਹਾਨੂੰ ਨਵੀਂ ਕੋਈ ਫਾਰਮੂਲਾ ਹੋਰ ਦੱਸ ਦਿਆਂਗੇ ਜਦੋਂ 21 ਜਾਂ 33% ਬਾਜ਼ਾਰੋਂ ਮਿਲਣੀ ਹਟ ਗਏ ਜਿੰਨਾ ਚਿਰ ਮਿਲਦੇ ਆ ਤਾਂ ਇਹਨਾਂ ਦਾ ਰਿਜ਼ਲਟ ਬੈਸਟ ਹੈ ਇਹੀ ਆਪਾਂ ਵਰਤਨਾ ਅੱਧਾ ਕਿਲੋ ਡਲੇ ਵਾਲੀ ਕਲੀ ਕਈ ਕਿਸਾਨ ਵੀਰਾਂ ਨੂੰ ਡਲੇ ਵਾਲੀ ਕਲੀ ਦਾ ਨਹੀਂ ਪਤਾ ਅਣਬਜਿਆ ਚੂਨਾ ਜਿਹਨੂੰ ਆਪਾਂ ਕਹਿੰਦੇ ਆ ਡਲੇ ਵਾਲੀ ਆਮ ਹੀ ਕਲੀ ਜਿਹੜੀ ਹੈਗੀ ਹੈ ਪਹਿਲਾਂ ਆਪਾਂ ਵਰਤਦੇ ਹੁੰਦੇ ਸੀਗੇ ਜਿਹੜੀਆਂ ਕਈ ਕਿਸਾਨ ਵੀਰ ਜ਼ਮੀਨ 'ਚ ਪਾ ਲੈਂਦੇ ਆ ਕਈ ਕਿਸਾਨ ਵੀਰ ਆ ਜਿਹੜੇ ਉਹ ਕਲੀ ਕਰਨ ਵਾਸਤੇ ਆਪਾਂ ਵਰਤ ਲੈਂਦੇ ਆ ਉਹੀ ਕਲੀ ਹੁੰਦੀ ਆ ਆਮ ਜਿਹੜੀ ਮਿਲਦੀ ਆ ਜਿੰਕ ਆ ਜਿਹੜੀ ਸਪਰੇਅ ਵਾਲੀ ਵੀ ਉਹੀ ਹੁੰਦੀ ਥੱਲੇ ਪਾਉਣ ਵਾਲੀ ਵੀ ਉਹੀ ਹੁੰਦੀ ਆ ਕਈ ਕਿਸਾਨ ਵੀਰਾਂ ਨੂੰ ਇਹ ਕਨਫਿਊਜ਼ ਹੁੰਦੀ ਆ ਜੀ ਸਪਰੇਅ ਵਾਲੀ ਕੋਈ ਵੱਖਰੀ ਆ ਉਹੀ 21% ਜਿੰਕ ਆ 33% ਜਾਂ 21% ਕਿਲੋ ਤੋਂ 1.5 ਕਿਲੋ ਯੂਰੀਆ ਵਰਤ ਲੈਣੀ ਹੈ ਜੇ ਨੈਨੋ ਯੂਰੀਆ ਪਾਉਣੀ ਹੋ 100 ml ਵਰਤ ਸਕਦੇ ਆ 1 ਏਕੜ ਮਗਰ ਇਹ ਸਪਰੇਅ ਚ ਕਿਉਂਕਿ ਵੈਸੇ ਤਾਂ ਨੈਨੋ ਯੂਰੀਆ ਆਪਾਂ 500 ml ਕਰਨੀ ਹੁੰਦੀ ਜੇ ਗੱਟੇ ਦੀ ਥਾਂ ਤੇ ਯੂਰੀਆ ਦੀ ਥਾਂ ਤੇ ਕਰਨੀ ਆ ਤਾਂ ਇਹ ਸਪਰੇਅ ਜੇ ਆਪਾਂ 100 ml ਤੱਕ ਵਰਤਣੀ ਆ ਖੇਤ ਨੂੰ ਪਾਣੀ ਲੱਗਿਆ ਹੋਵੇ ਗਿੱਲ ਵਧੀਆ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤੁਸੀਂ ਜੇ ਬੱਤਰ ਕੰਡੀਸ਼ਨ ਆ ਜਾਂ ਥੋੜੀ ਜਿਹੀ ਖੁਸ਼ਕ ਹੋ ਉਦੋਂ ਵੀ ਕਰ ਸਕਦੇ ਬਾਅਦ ਚੋਂ ਪਾਣੀ ਲਾਉਣਾ ਬਾਅਦ ਚੋਂ ਲਾ ਸਕਦੇ ਆ 35 ਤੋਂ 35 ਦਿਨ ਦੀ ਕਣਕ ਤੇ ਆਪਾਂ ਸਪਰੇਅ ਸਟਾਰਟ ਕਰਕੇ 50-55 ਜਾਂ ਹੱਦ 58-60 ਦਿਨ ਤੱਕ ਲਾਸਟ ਸਪਰੇਅ ਆਪਾਂ ਕਰ ਸਕਦੇ ਹਾਂ 2 ਤੋਂ 3 ਸਪਰੇਅ ਕਰੋ ਨਤੀਜੇ ਤੁਹਾਡੇ ਸਾਹਮਣੇ ਹੋਣਗੇ ਸਸਤੀ ਸਪਰੇਅ ਹੈ ਤੱਤੀ ਨੇ ਇਹ ਕੋਈ ਇਹ ਕੀਟਨਾਸ਼ਕ ਜ਼ਹਿਰ ਨਹੀਂ ਹੈ ਕਿ ਤੱਤ ਨੇ ਮੈਗਨੀਜ਼ ਤੇ ਜ਼ਿੰਕ ਜਿੰਨੀ ਪੌਦਿਆਂ ਨੂੰ ਜ਼ਰੂਰਤ ਹੁੰਦੀ ਮਨੁੱਖਾਂ ਨੂੰ ਵੀ ਜ਼ਰੂਰਤ ਹੁੰਦੀ ਜੇ ਉਹੀ ਕਣਕ ਆਪਾਂ ਜਿਵੇਂ ਜ਼ਿੰਕ ਦਾ ਕੰਟੈਂਟ ਉੱਚ ਵਧੂਗਾ ਤਾਂ ਆਪਣੀ ਸਿਹਤ ਨੂੰ ਵੀ ਫਾਇਦਾ ਹੋਊਗਾ ਤਾਂ ਇਹ ਸਪਰੇਅ ਤੁਸੀਂ ਲਾਜ਼ਮੀ ਕਰੋ ਕਰਕੇ ਦੇਖੋ ਇੱਕ ਵਾਰੀ ਕਰਕੇ ਦੇਖੋਗੇ ਦੁਬਾਰਾ ਕਿਉਂਕਿ ਜਿਹੜੇ ਜਿਹੜੇ ਕਿਸਾਨ ਵੀਰ ਨੇ ਵਰਤੀ ਆ ਥੱਲੇ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਦੇ ਆ ਜੀ ਜਿਨ੍ਹਾਂ ਨੇ ਸਹੀ ਵਰਤੀ ਆ ਉਹਨਾਂ ਨੂੰ ਨਤੀਜੇ ਮਿਲੇ ਆ ਜਿਨ੍ਹਾਂ ਨੇ ਜ਼ਿੰਕ ਵੀ 21 ਜਾਂ 33 ਵਰਤੀ ਆ ਮੈਗਨੀ 30.5 ਵਰਤੀ ਕਿਲੋ ਡੇਢ ਕਿਲੋ ਯੂਰੀਆ ਅੱਧਾ ਕਿਲੋ ਡਲੇ ਵਾਲੇ ਖੜੀ ਦਾ ਪਾਣੀ ਜਿਨ੍ਹਾਂ ਨੇ ਕੋਈ ਵੱਚ ਆਪ ਦਾ ਤੁੱਕਾ ਲਾਤਾ ਉਹਨਾਂ ਦਾ ਨਹੀਂ ਮੈਂ ਕਹਿ ਸਕਦਾ ਕਿ ਕਿਸੇ ਨੇ ਕੋਈ ਚਿਲੇਟਡ ਜ਼ਿੰਕ 100 ਗ੍ਰਾਮ ਪਾ ਲੈਂਦੇ ਆ ਕੋਈ ਮੈਗਨੀਸ਼ੀਅਮ ਪਾ ਲੈਂਦੇ ਆ ਉਹ ਤਾਂ ਨਹੀਂ ਆਪਾਂ ਕਹਿ ਸਕਦੇ ਜਿਹੜੀ ਇਹ ਸਪਰੇਅ ਹੈ ਇਹ ਗਰੰਟੀ ਹੈ ਵੀ ਇਹਦਾ ਰਿਜ਼ਲਟ ਤੁਹਾਨੂੰ ਮਿਲੂਗਾ ਹੀ ਮਿਲੂਗਾ ਜੇ ਤੁਸੀਂ ਸਹੀ ਤਰੀਕੇ ਹਾਂ 150 ਲੀਟਰ ਪਾਣੀ ਲਾਉਣਾ 150 ਲੀਟਰ ਪਾਣੀ ਲਾਉਣਾ ਘੱਟੋ ਘੱਟ ਜੇ ਆਪਾਂ ਚੰਗਾ ਨਤੀਜਾ ਲੈਣਾ ਤਾਂ ਹੱਥ ਵਾਲਾ ਬੈਟਰੀ ਵਾਲਾ ਪੰਪ ਬੈਸਟ ਹੈ ਇੰਜਨ ਵਾਲੇ ਜਾਂ ਟਰੈਕਟਰ ਵਾਲੇ ਨਾਲ ਕਰਨੀ ਆ ਉਹ ਤੁਹਾਡੀ ਮਰਜ਼ੀ ਹੈ ਉਹ ਤੁਹਾਡੀ ਖੁਸ਼ੀ ਹੈ ਤੁਸੀਂ ਕਰ ਸਕਦੇ ਬੈਸਟ ਰਿਜ਼ਲਟ ਪਰ ਹੱਥ ਵਾਲਾ ਬੈਟਰੀ ਵਾਲਾ ਪੰਪ ਜਾਂ ਟਰੈਕਟਰ ਵਾਲਾ ਪੰਪ ਅ ਇਸ ਤੋਂ ਇਲਾਵਾ ਹੋਰ ਕੋਈ ਬਹੁਤੀ ਘਾਟ ਆਉਂਦੀ ਨਹੀਂ ਨਾ ਕੋਈ ਸਪਰੇਅ ਦੀ ਜ਼ਰੂਰਤ ਆ ਫਿਰ ਗੋਭ ਦੇ ਸਮੇਂ ਜਾ ਕੇ ਆਪਾਂ ਜ਼ਰੂਰਤ ਅਨੁਸਾਰ ਕੋਈ येलो ਰੈਸਟ ਵਗੈਰਾ ਤੋਂ ਬਚਾਉਣ ਵਾਸਤੇ ਲੀਨਾਸ ਕਿ ਜਨ 13045 ਇਹੀ ਆਪਾਂ ਸਪਰੇਅ ਤੁਹਾਨੂੰ ਕਰਵਾਉਣੀ ਹੈ ਬਾਕੀ ਆਪਾਂ ਜਿਹੜਾ ਖਾਦਾਂ ਦੇ ਸਮੇਂ ਬਾਰੇ ਉਹ ਤੁਹਾਨੂੰ ਪਹਿਲਾਂ ਦੱਸਤਾ ਸੀਗਾ ਕਿ ਪਹਿਲੇ ਪਾਣੀ ਤੱਕ ਸਾਰੀਆਂ ਖਾਦਾਂ ਆਪਣੀਆਂ ਯੂਰੀਆ ਨੂੰ ਛੱਡ ਕੇ ਜੇ ਕੋਈ ਫਾਸਫੋਰਸ ਰਹਿੰਦੀ ਪੋਟਾਸ਼ ਰਹਿੰਦੀ ਸਲਫਰ ਪਾਉਣੀ ਉਹ ਪਹਿਲੇ ਪਾਣੀ ਤੇ ਪਾ ਦਿਓ ਜੇ ਪਹਿਲਾਂ ਨਹੀਂ ਪਾਈ ਬਜਾਈ ਹੁਣ ਟਾਈਮ ਤੇ ਯੂਰੀਆ ਜਿਹੜੀ ਆਪਾਂ ਉਹ 50 55 ਦਿਨ ਤੇ ਖਤਮ ਕਰ ਦੇਣੀ ਆ 50 ਤੋਂ 55 ਦਿਨ ਤੇ ਆਪਾਂ ਲਾਸਟ ਡੋਜ਼ ਯੂਰੀਆ ਦੀ ਪਾ ਦੇਣੀ ਆ। ਨਾ ਉਹਦੂ ਕੋਈ ਬਹੁਤਾ ਪਹਿਲਾਂ ਖਤਮ ਕਰਨ ਦੀ ਜ਼ਰੂਰਤ ਹੈ ਤੇ ਨਾ ਉਹਦੂ ਲੇਟ ਜਾਣ ਦੀ ਜ਼ਰੂਰਤ ਹੈ। ਤੇ ਜਿਨ੍ਹਾਂ ਨੇ ਜਿਹੜੇ ਹੈਗੇ ਜਿਵੇਂ 300 DBW ਕਿਸਮਾਂ ਨੇ ਜਿਨ੍ਹਾਂ ਚ ਆਪਾਂ ਖਾ ਥੋੜੀ ਜਿਹੀ ਵੱਧ ਪਾਉਣੀ ਹੁੰਦੀ ਉਹ ਦੂਜੀ ਪਹਿਲੀ ਤੇ ਦੂਜੀ ਕਿਸਮ ਜਿਹੜੀ ਯੂਰੀਆ ਦੀ ਪਾਣੀ ਤੇ ਪਾਉਣੀ ਉਹ ਥੋੜੀ ਥੋੜੀ ਵੱਧ ਦੇ ਦਿਓ ਦੱਸਦਾ 15-15 ਕਿਲੋ। ਤੇ ਐਵੇਂ ਕਰ ਸਕਦੇ ਆ। ਜਿਹੜਾ ਪੋਟਾਸ਼ ਵਗੈਰਾ ਤੁਹਾਡਾ ਪਹਿਲੇ ਪਾਣੀ ਤੇ ਖਤਮ ਚਾਹੀਦਾ ਬਾਅਦ ਚੋ 40 50 ਦਿਨ ਅਲੀ ਕੋ ਗੱਲ ਹੈ ਨਹੀਂ ਵੀ ਜੇ 40 50 ਦਿਨ ਤੇ ਪਾ ਦੇਂਗਾ ਤਾਂ ਕੋਈ ਫਾਇਦਾ ਨਹੀਂ ਮਿਲਣਾਲਾ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਸਭ ਖੁਸ਼ ਰਹੋ ਖੁਸ਼ਹਾਲ ਰਹੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ